अक्सर ही अजकल तुसी लड़कियां दे नाल हुंदे शोषण दियां खबरां तां सुनदे ही होंगे, पर हुण एक बारी फिर इंसानियत शर्मसार हुई है। गुरदासपुर की 14 साल की नाबालिग लड़की ने एक 14 साल की बच्ची ने एक बच्चे नूं जन्म दिता है। गुरदासपुर के हरगोबिंदपुर तो अमृतसर के गुरु नानक हस्पताल दे विच इस लड़की नूं लियांदा गया, जिथे इस लड़की ने एक बच्चे नूं जन्म दिता। जानकारी अनुसार परिवार वालियां नूं भी नहीं पता सी कि उन्हां दी लड़की गर्भवती है। पेट दर्द की शिकायत नाल गुरदासपुर तो माँ प्यो अपनी बच्ची नूं लैके अमृतसर के गुरु नानक हस्पताल दे विच लैके आए अते उन्होंने डाक्टरां नूं कहा कि बच्ची दे पेट दे विच दर्द हो रहा है। डाक्टरां ने ग्लूकोस ला इलाज करना लड़की का शुरू कर दिता। जब आराम नहीं आया तो दूसरे डॉक्टर नूं बुलाया गया, तो जब उन्होंने जांच की तो सब दियां अखां अड्डियां ही रह गईयां। जांच विच पता लग्या कि लड़की 9 महीने की गर्भवती है। कुछ देर बाद ही लड़की नूं गर्भ पीड़ा शुरू हो गई, तो उस बच्ची ने कुछ देर बाद ही बच्चे नूं जन्म दिता। हालांकि बच्चा भी कमजोर हालत दे विच बच्चे ने जन्म लिता, जिसनूं हजे डॉक्टरां ने मशीनां दे विच रख्या होया है। पर नाल ही डॉक्टर ने अपनी जिम्मेवारी समझते हुए गुरदासपुर पुलिस को इतलाह की, पुलिस ने भी तुरंत इस पर कार्रवाई करदिया एक व्यक्ति को गिरफ्तार किया है जो खुद दो बच्चों का बाप है। इस बारे जानकारी देंदिया परिवारक मैंबर का कहना सी कि वह दोनों दिहाड़ीदार मजदूर ने पते सवेरे ही काम ते चले जाते हैं। उन्होंने लड़की पिछे सारा दिन घर इकली हुंदी है, उसका ही फायदा चक के उस व्यक्ति ने इस लड़की का शोषण किया। 14 साल की नाबालिग लड़की ने एक बच्चे को जन्म दिता। ਹੋਰ ਕੀ ਹੈ ਪੂਰਾ ਮਾਮਲਾ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ। ਪੂਰਾ ਟਾਈਮ ਸੀਰਮ ਦੱਸਿਆ, ਐਂਡ ਤੇ ਆਣ ਕੇ ਦੱਸਿਆ ਜਦੋਂ ਪੂਰਾ ਐਂਡ ਤੇ ਇਹਦੀ ਗੱਲ ਦਰਦਾਂ ਤੇ ਆ ਗਈ, ਉਦੋਂ ਫਿਰ ਬਾਕੀ ਵੀ ਮੇਰਾ ਵੀ ਇੱਕ ਤਰ੍ਹਾਂ ਕਿ ਮੇਰੀ ਕਿਸੇ ਨੂੰ ਮਿਲਣਾ ਵੀ ਆਹ ਮੁੰਡੇ ਨੇ ਮੇਰੇ ਨਾਲ ਇੱਕ ਤਰ੍ਹਾਂ ਕੰਮ ਕੀਤਾ, ਉੱਦਾਂ ਹੀ ਸਾਨੂੰ ਪਤਾ ਨਹੀਂ ਮਾਂ ਪਿਓ ਨਹੀਂ ਉਹਦੇ, ਅਸੀਂ ਉਹਨੂੰ ਜਨਮ ਨਹੀਂ ਇਸ ਕਰ ਦਿੱਤਾ, ਜਨਮ ਦਿੱਤਾ ਹੀ ਕੁਛ ਨਹੀਂ ਸਾਨੂੰ ਦੱਸਿਆ ਹੀ ਨਹੀਂ, ਕੋਈ ਗੱਲ ਨਹੀਂ ਸਾਡੇ ਨਾਲ ਕੀਤੀ। ਪੂਰਾ ਉਮਰ ਕਿੰਨੀ ਸਾਨੂੰ ਪਤਾ ਸਾਡਾ ਜਿਹੜਾ ਦਿਮਾਗ ਆ ਆਪਣਾ ਹੀ ਖਰਾਬ ਹੋਇਆ ਯਾਰਾ, ਫਿਰ ਵੀ ਮਾਂ ਨੂੰ ਤਾਂ ਪਤਾ ਫਿਰ ਉਸ ਰਵੀ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਆਉਣਾ ਜਾਣਾ। ਉਹਨਾਂ ਘਰ ਮੈਂ ਕੰਮ ਕਰਦੀ ਤੇ ਚੱਲ ਬੰਦਾ ਘਲਾ ਹੀ ਦਿੰਦਾ ਵੀ ਐਡਾ ਦਿਨ ਤੂੰ ਪਾਰਿਆ, ਇਹ ਥੋੜੀ ਪਤਾ ਹੁੰਦਾ ਵੀ ਇਹੋ ਜਿਹਾ ਕੰਮ ਭਾਣਾ ਵਰਤ ਜਾਣਾ। ਮਤਲਬ ਤੁਸੀਂ ਕੰਮ ਕਰਦੇ ਸੀ ਤਾਂ ਵਿੱਚ ਵਿੱਚ ਤੁਹਾਡੀ ਜਿਹੜੀ ਬੇਟੀ ਉਹ ਜਾਂਦੀ ਸੀ? ਜਾਂਦੀ ਵਿੱਚ ਵਿੱਚ ਕਦੀ ਕਦੀ ਚੱਲ ਜਾਂਦੀ, ਉਹ ਤਰ੍ਹਾਂ ਉਹ ਨਹੀਂ ਜਾਂਦੀ। ਕਾਕਾ ਦੂਜਾ ਘਰ ਛੋਟਾ ਹੈ ਮੁੰਡਾ, ਉਹਨੂੰ ਸਾਂਭਦੀਆਂ ਇਹ ਘਰੇ ਰਹਿ, ਮੈਂ ਕਹਿੰਦੀ ਤੁਸੀਂ ਘਰ ਦਾ ਹੀ ਕਰੋ, ਕੋਈ ਬਾਹਰ ਦਾ ਮੈਂ ਆਪੇ ਹੀ ਘਰ ਆਉਂਦੀ। ਗੱਲਬਾਤ ਅਸੀਂ ਕਰਕੇ ਆਏ ਸਾਰੀ, ਉਹਨਾਂ ਸਾਨੂੰ ਇੱਥੇ ਭੇਜਿਆ ਡਾਕਟਰ ਕੋਲ ਲੈ ਜਾਓ, ਇੱਦਾਂ ਤੜਫਦੀ ਉਹਨਾਂ ਸਾਨੂੰ ਵੱਡਾ ਸਾਡੇ, ਚਲੋ ਹਰ ਪਰ ਕੀਤੀ ਤੁਸੀਂ, ਚਲੋ ਇਹਨੂੰ ਪਹਿਲਾਂ ਖੜੋ ਬਾਅਦ 'ਚ ਗੱਲ ਤੁਹਾਡੇ ਨਾਲ ਕਰਾਂਗੇ, ਹੁਣ ਸਾਡੇ ਮਗਰ ਆਏ ਹੋ। ਇਹ ਸਭ ਤੇ ਪੁਲਿਸ ਦਾ ਵੀ ਕੀ ਕਹਿਣਾ ਸੀਗਾ ਉਹ ਵੀ ਤੁਸੀਂ ਜ਼ਰਾ ਸੁਣ ਲਓ। ਜਾਂ ਉਹਦੀ ਮਦਰ ਦੇਗੀ, ਉਹਦੇ ਮੁਤਾਬਕ ਅਸੀਂ ਇਹਦੀ ਕਾਰਵਾਈ ਕੀਤੀ ਦਿੱਤਾ ਸਾਨੂੰ ਉਹਨਾਂ ਨੇ, ਕਿਉਂਕਿ ਉਹ ਕਹਿੰਦੇ ਸਾਡੀ ਲੜਕੀ ਪੜ੍ਹੀ ਨਹੀਂ ਹੈਗੀ, ਤੇ ਸਾਨੂੰ ਰਿਟਰਨ 'ਚ ਨਾ ਹੀ ਕੋਈ ਆਧਾਰ ਕਾਰਡ ਨਾ ਕੋਈ ਸਰਟੀਫਿਕੇਟ ਅਜੇ ਤੱਕ ਸਾਨੂੰ ਉਹਨਾਂ ਨੇ ਨਹੀਂ ਦਿੱਤਾ ਵੀ, ਪਰ ਜਿਹੜਾ ਜ਼ਿਆਦਾ ਲੱਗਦਾ ਪਰ ਲੇਕਿਨ ਫਿਰ ਵੀ ਅਸੀਂ ਇੱਦਾਂ ਸ਼ੋਰ ਨਹੀਂ ਕਰ ਸਕਦੇ ਉਹਨਾਂ ਨੂੰ, ਕਿਉਂਕਿ ਅਸੀਂ ਉਹਦੀ ਮਦਾਈ ਦੀ ਸਟੇਟਮੈਂਟ ਲਵਾਂਗੇ, ਸਾਨੂੰ ਤਾਂ ਉਹਦੇ ਮੁਤਾਬਕ ਉਸ ਤੋਂ ਬਾਅਦ ਆਈਡੈਂਟੀਫਾਈ ਵੀ ਕਰਾਂਗੇ ਜ਼ਰੂਰ। ਕਿ ਰਵੀ ਦੇ ਘਰੇ ਜਿਹੜਾ ਇਹ ਕੰਮ ਕਰਦੀ ਸੀ ਸਾਡੀ ਬੇਟੀ, ਤੇ ਉਹਦੇ ਇਹਦੇ ਨਾਲ ਜਿਹੜਾ ਹੈਗਾ ਉਹ ਰੇਪ ਕਰਦਾ ਰਿਹਾ ਤੇ ਉਹਦੇ ਬੱਚਾ ਪੈਦਾ ਵਾ ਕੀਤਾ ਇਹਨਾਂ ਨੇ। ਬੱਚਾ ਪੈਦਾ ਕੀਤਾ ਇਹਨਾਂ ਨੇ, ਪਹਿਲਾਂ ਕੋਈ ਨਾ ਸਾਨੂੰ ਇੰਟੀਮੇਸ਼ਨ ਦਿੱਤੀ ਤੇ ਨਾ ਹੀ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਹੈਗਾ। ਬੱਚਾ ਠੀਕ ਹੈ। ਬਿਊਰੋ ਰਿਪੋਰਟ, ਪਬਲਿਕ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।